सलामकुम, की वालेकुम सलाम। दुआवां हाल है शाह जी? सेहतां जनाब तो बीतां ठीक ने? सब ठीक ठाक। मैं फोन तेनू तां कीता सी वी आ साडे जिहड़े सफेदे आ ना असीं वेचे सीगे, अच्छा ते ओह विचों जिहड़े दो तीन सफेदे आ उहनां दे आले दुआले अजीब जिहे सप्प आ यार, मैं तां कदी नहीं पहले देखे। अच्छा ते ओह 6-7 वा ओह घेरा भाई बैठे, कोई उत्ते बैठे, कोई जड़ां को बैठे, कोई किथे बैठे आ। ओह जिहड़े भाई सफेदे वढ़न आए आ हाँ जी ਉਹ ਕਹਿੰਦੇ ਜੀ ਅਸੀਂ ਨਹੀਂ ਵੜਦੇ, ਅਸੀਂ ਆਪ ਨਹੀਂ ਇਦਾਂ ਦੇ ਸੱਪ ਦੇਖੇ, ਨਾ ਅਸੀਂ ਮਾਰਦੇ ਹੀ ਆ। ਉਹ ਅੱਛਾ ਕਹਿੰਦਾ ਅਸੀਂ ਕਦੀ ਸੱਪ ਸੁੱਪ ਨਹੀਂ ਮਾਰੇ। ਮੈਂ ਕਿਹਾ ਵੀ ਤੁਸੀਂ ਮਾਰੋ ਨਾ, ਮੈਂ ਜੋਗੀ ਨੂੰ ਸਾਦਾ ਆਪਣੇ ਉਸਤਾਦ ਨੂੰ, ਅੱਛਾ ਤੇ ਉਹਦੇ ਨਾਲ ਗੱਲਬਾਤ ਕਰਦੇ ਹਾਂ ਤੇ ਆਪਾਂ ਫੜਵਾ ਦਿੰਦੇ ਹਾਂ। ਕੋਈ ਆਲੀ ਜੀ ਜੇ ਕੋਈ ਇਦਾਂ ਦਾ ਇੱਥੇ ਕੋਈ ਨਹਿਰ ਨੂਰ ਜੀ ਸ਼ਾਇਦ ਰੋੜ ਕੇ ਆਏ। ਨਹਿਰ ਪਾਣੀ ਲਾਇਆ ਨਾ, 15 ਦਿਨ ਹੋ ਗਏ ਆ, ਯਾਨੀ ਕਿ ਨਾ ਪਾਣੀ ਹੈ ਨਹੀਂ ਸੀਗਾ, ਨਹਿਰ ਸੁੱਕੀ ਹੋਈ ਸੀ, ਅੱਛਾ ਤੇ ਆ ਹੁਣ ਪਾਣੀ ਆਇਆ ਨਹਿਰ 'ਚ। ਤੇ 2-3 ਦਿਨ ਪਹਿਲੇ ਤੇ ਵਾਰੀ ਲਾਈ ਕਣਕ ਨੂੰ, ਅੱਛਾ ਤੇ ਇਹ ਹੁਣ ਆ ਸਫੈਦੇ ਕਣਕ ਦੇ ਵਿੱਚ ਹੀ ਆ ਸਾਰੇ, ਨਾਲ ਅਸੀਂ ਬੀਜੇ ਹੋਏ ਅਜ਼ਾਫੀ। ਚਲੋ ਜੀ ਵੇਖ ਲੈਂਦੇ ਖਬਰੇ ਹੁਣ, ਅਸੀਂ ਖਬਰੇ ਹੁਣ ਕਿੱਦਾਂ ਦੇ ਸੱਪ ਨੇ, ਨਹੀਂ ਤਾਂ ਹਾਂ ਮੈਂ ਨੂਰ ਤੁਹਾਨੂੰ ਦਾ ਤਾਂ ਦਿਖਾ ਪਤਾ ਹੋਵੇ ਦੇਣਾ, ਤਾਂ ਉਹ ਤਾਂ ਪਤਾ। ਸਾਹਮਣੇ ਬਾਹਰ ਹੀ ਬੈਠੇ ਆ ਭਾਈ, ਡਰਦੇ ਡੁਰਦੇ ਹੀ ਕੋਈ ਨਹੀਂ ਉਹ, ਅੱਛਾ ਉਹ ਨਹੀਂ ਡਰਦੇ ਡੁਰਦੇ, ਅਸੀਂ ਡਰ ਗਏ ਭਾਈ ਵੀ ਇਹ ਕੀ ਬਲਾ ਵਾ, ਅੱਗੇ ਤਾਂ ਕਦੀ ਚਲੋ ਨਹੀਂ ਸੀ ਵਿਖਾ ਦੇਖੇ। ਚੱਲ ਕੇ ਆ ਜਾ ਮੈਂ ਤੁਹਾਨੂੰ ਦਿਖਾ ਦਿੰਦਾ ਵਾ, ਫਿਰ ਤੁਸੀਂ ਉਹਨਾਂ ਨੂੰ ਜ਼ਰਾ ਮੰਤਰ ਸ਼ੰਤਰ ਮਾਰੋ ਜਿੱਦਾਂ ਕਰਨੀ ਹੈ, ਠੀਕ ਹੈ ਜਨਾਬ ਜੀ। ਫਿਰ ਆਪਾਂ ਉਹਨਾਂ ਨੂੰ ਵੇਖ ਲੈਂਦੇ। ਆਹ ਦੇਖ ਲਓ ਉਹ ਆਹ ਸਫੈਦਾ ਹੀ ਆਹ ਵੇਖ ਬੈਠੇ ਹੋਏ, ਆਹ ਵੇਖ ਆਹ ਇੱਕ ਆਹ ਬੈਠਾ ਵਾ ਉੱਤੇ, ਇੱਕ ਆਹ ਬੈਠਾ ਲਟਕਿਆ ਹੋਇਆ, ਇੱਕ ਥੱਲੇ ਬੈਠਾ ਹੋਇਆ, ਇੱਕ ਆਹ ਬੈਠਾ ਹੋਇਆ, ਇੱਕ ਇੱਥੇ ਥੱਲੇ ਵੀ ਆ ਆਹ ਦੇ, ਤੇ ਆਹ ਵੇ ਬੈਠਾ। ਪਿੱਛੇ ਹੋ ਜਾ ਇਹ ਪਤਾ ਨਹੀਂ ਕੀ ਐ, ਐਵੇਂ ਸਾਹਨੇ ਜੇ ਆ ਕੀ ਜਨਾਬ, ਜੀ ਇਹ ਸੱਪ। ਸੱਪ ਅਜਗਰ, ਸੱਪ ਅਜਗਰ। ਅੱਛਾ ਹਾਂਜੀ ਇਹ ਪਤਾ ਨਹੀਂ ਇੱਥੇ ਕੀ ਹੋਇਆ ਵਾ, ਇੰਨੇ ਆ ਕਿੱਦਾਂ ਗਏ ਆ? ਯਾਰ ਇਹ ਉਹ ਨਸਲ ਸੱਪ ਜਿਹੜਾ ਜਨਾਬ ਬੰਦੇ ਨੂੰ ਸਬੂਤਾਂ ਨਗਰ ਜਾਂਦੇ ਨੇ। ਅੱਛਾ ਅੱਛਾ ਹਾਂਜੀ ਉਹ ਜਿਹੜੇ ਐਡੇ ਐਡੇ ਆਪਾਂ ਵੇਖਨੇ ਆ, ਹਾਂ 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 ਤੇ ਉਹ ਨਸਲ ਸੱਪ ਏ। ਅੱਛਾ ਹਾਂਜੀ ਹੁਣ ਇਹ ਜਨਾਬ ਇਹਨਾਂ ਦਾ ਇਹ ਜਿਹੜੇ ਆਹ ਜਿਹੜੇ ਥੱਲੇ ਪਏ ਨੇ ਇਹਨਾਂ ਨੇ ਸਮਝ ਲੈ ਅਜੇ ਐਡੇ ਵੱਡੇ ਵੀ ਕੋ ਨਹੀਂ ਇਹ। ਹਾਂ ਹਾਂ ਇਹ ਵੀ ਹਾਂਜੀ ਛੋਟੇ ਛੋਟੇ ਆ, ਮੈਂ ਕਹਿੰਦਾ ਬੰਦੇ ਵੀ ਪਰੇਸ਼ਾਨ ਹੋ ਗਏ ਯਾਰ, ਪਹਿਲੇ ਤਾਂ ਅਸੀਂ ਕਦੀ ਇਦਾਂ ਦੇ ਨਹੀਂ ਦੇਖੇ, ਹਿਲਦੇ ਹੁਲਦੇ ਵੀ ਨਹੀਂ ਇਹ ਤੇ। ਇਹ ਜਨਾਬ ਪਹਾੜੀ ਸੱਪੇ ਪਹਾੜੀ। ਹਾਂ ਇੱਕ ਤਾਂ ਹੁੰਦਾ ਨਾ ਵੀ ਚੀਜ਼ ਡਰ ਜਾਂਦੇ ਆ ਜਾਂ ਕਿੱਦਾਂ ਵਾ, ਹਾਂਜੀ ਡਰਦੇ ਡੁਰਦੇ ਕੋਈ ਨਹੀਂ ਭਾਈ, ਉਹ ਬੰਦੇ ਇਸੇ ਤੋਂ ਤੇ ਚਲੇ ਗਏ ਕਹਿੰਦੇ, ਤੇ ਹਿਲਦੇ ਹੁਲਦੇ ਵੀ ਕੋਈ ਨਹੀਂ ਗੇ। ਕਰਨੇ ਆ ਜਨਾਬ ਕੋਸ਼ਿਸ਼ ਕਰੋ ਯਾਰ, ਪਕੜਨ ਦੀ। ਕਿੰਨੇ ਬੜੇ ਹੀ ਆ, ਇੱਕ ਅੱਧਾ ਹੋਵੇ ਤੇ ਫਿਰ ਵੀ ਆ। ਅੱਲਾ ਪਿੱਛੇ ਹੋ ਜਾਣਾ ਤੁਸੀਂ, ਮੈਨੂੰ ਲੱਗਦਾ ਬੀਨ ਤੇ ਮੰਨਣ ਜਾਂ ਨਾ ਮੰਨਣ। ਮੰਤਰ ਸ਼ੰਤਰ ਮਾਰ ਕੇ ਦੇਖ ਲਓ, ਮੰਤਰ ਹੀ ਵੇਖਣਾ ਜਨਾਬ, ਮੰਤਰ ਹੀ ਪਾਉਣੇ ਜੇ ਕੋ ਅੱਲਾ ਤਾਲਾ ਕੋ ਵਸੀਲਾ ਬਣਾ ਜਾਵੇ। ਕੜਾ ਕੁੜਾ ਮਾਰੋ ਸ਼ਾਇਦ ਹੱਥ ਜਾ ਜਾ। ਯਾ ਪੀਰ ਉਸਤਾਦ ਦੰਦਨ ਗੁੱਗੋ ਮਾਂਦਰੀ, ਦੰਦਨ ਦੇ ਸੁਲਤਾਨ ਕਾਲੀ ਕਾਲੀ ਮਾਂਦਰੀ, ਦਰਮੇ ਕੀ ਸਾਲੀ ਦੋਨੋਂ ਮਾਤਮ ਜਾਵੇ ਤਾਲੀ। ਪੀਰ ਉਸਤਾਦ ਦਾ ਕੜਾ ਆਦਮੀ ਸਿਰ ਤੇ ਕੜਾ ਦਸ, ਪੀਰ ਉਸਤਾਦ ਪੀਰ ਉਸਤਾਦ ਮੂੰਹ ਬੰਦ ਕਰ ਪੀਰ ਉਸਤਾਦ, ਵਾਸਤਾ ਤੈਨੂੰ ਗੁੱਗੇ ਪੀਰ ਚਵਾਣ ਦਾ, ਤੈਨੂੰ ਦਸਤਗੀਰ ਦਾ ਜੀਕਾਂ ਜਾਂ ਛੱਡ ਦਿਓ ਜਾਂ ਮੇਰੀ ਕੀਲ ਦੇ ਵਿੱਚ ਆ ਜਾਵੋ, ਵਾਸਤਾ ਮੰਨੋ ਆਪਣੇ ਪੀਰ ਦਾ ਮੁਰਸ਼ਦ ਦਾ। ਜੇਡੇ ਵੀ ਸ਼ੇਰ ਹੋ ਜੇਡੀ ਵੀ ਮਿੱਤਰ ਹੋ ਮੂੰਹ ਬੰਦ ਕਰ ਲਵੋ, ਪੀਰ ਮੁਰਸ਼ਦ ਨੂੰ ਮੰਨ ਕੇ ਪੀਰ ਨੂੰ ਮੰਨੋ ਮੁਰਸ਼ਦ ਨੂੰ ਮੰਨੋ, ਪੀਰ ਨੂੰ ਮੰਨੋ ਮੁਰਸ਼ਦ ਨੂੰ ਮੰਨੋ, ਵਾਸਤਾ ਤੈਨੂੰ ਗੁੱਗੇ ਪੀਰ ਦਾ, ਤੈਨੂੰ ਚਵਾਣ ਦਾ, ਤੈਨੂੰ ਦਸਤਗੀਰ ਦਾ। ਸ਼ਰਗਾ ਦਾ ਕੰਧਾਲਾ ਚੁੱਕੇ ਦਿਆ ਕੋਸ਼ਿਸ਼ ਜਨਾਬ ਕਰਨੇ ਆ, ਇਹ ਇੱਕ ਆ ਥੱਲੇ ਬੈਠਾ ਹੈ। ਹਾਂ ਹਾਂ ਭੱਜ ਭੱਜ ਕੇ ਦਿਆ, ਭੱਜ ਕੇ ਭੱਜ ਭੱਜ ਭੱਜ। ਇਹ ਤਾਂ ਖਬਰ ਵੇਖ ਹੁਣ ਪਤਾ ਲੱਗ ਗਿਆ ਇਹਨਾਂ ਨੂੰ, ਉਹ ਉਹ ਹਿੱਲਣ ਲੱਗ ਪਏ ਸਾਜ ਜੀ, ਇਹ ਆ ਦੇ ਪਤਾ ਲੱਗ ਗਿਆ ਨਾ, ਪਤਾ ਲੱਗ ਗਿਆ ਉਹਨਾਂ ਨੂੰ, ਕੜਾ ਵੱਜ ਗਿਆ ਸਾਜ ਜੀ ਉਹਨਾਂ ਨੂੰ, ਉਹਨਾਂ ਨੂੰ ਮੈਨੂੰ ਲੱਗਦਾ ਖਿੱਚ ਪਈ ਆ ਦੇ, ਉਹਨੇ ਗੱਲ ਦੇ ਆ ਹਿੱਲਦੇ ਹੀ ਕੋਈ ਨਹੀਂ ਸੀ। ਹੁਣ ਵੇਖ ਆ ਹੁਣ ਕੜਾ ਪੀਰ ਮੁਰਸ਼ਦ ਦੀ ਕੀਲ ਦੇ ਵਿੱਚ ਆ ਗਿਆ, ਤੂੰ ਟੈਨਸ਼ਨ ਕਿਉਂ ਲੈ ਗਿਆ? ਥੋਈ ਥੋਈ ਥੋ ਦੰਦਨ ਗੁੱਗੀ ਮਾਂਦਰੀ, ਦੰਦਨ ਦੇ ਸੁਲਤਾਨ ਕੜੇ ਦੇ ਵਿੱਚ ਆਓ ਪੀਰ ਮੁਰਸ਼ਦ ਨੂੰ ਮੰਨ ਕੇ, ਬਸ ਤੈਨੂੰ ਲਵੇ ਤੈਨੂੰ ਗੁੱਗਾ ਪੀਰ ਚਵਾਣ, ਤੈਨੂੰ ਦਸ ਹੋਈ ਵੀ ਥੱਲੇ ਪੀਰ ਡਿੱਗ ਪਈ ਉਹ ਤਾਂ। ਮੂੰਹ ਬੰਦ ਕਰ, ਪਿੱਛੇ ਹੋ ਜਾਵੇ ਚੌਧਰੀ ਸਾਹਿਬ, ਬਹੁਤ ਖਤਰਨਾਕ ਚੀਜ਼ ਏ, ਬਹੁਤ ਖਤਰਨਾਕ ਚੀਜ਼ ਏ। ਬਸ ਸੁਣਿਆ ਹਾਂਜੀ, ਪਿੱਛੇ ਹੋ ਜਾਵੇ ਜਨਾਬ, ਇਹਨਾਂ ਦਾ ਕੋਈ ਤਬਾਰ ਨਹੀਂ ਹੁੰਦਾ, ਇਹਨਾਂ ਨੂੰ ਹੁਣ ਇਵੇਂ ਚੱਕਣਾ ਆਪਾਂ। ਐ ਤੈਨੂੰ ਲਵੇ ਤੈਨੂੰ ਗੱਗਾ ਪੀਰ ਚਵਾਣ, ਸ਼ਰਗਦ ਉਧਰੋਂ ਥੈਲੀ ਚੁੱਕ ਕੇ ਲਿਆ, ਭੱਜ ਕੇ ਜਾ ਕੱਪੜੇ ਦੇ ਵਿੱਚ, ਇਹਨਾਂ ਨੂੰ ਕੀਲ ਦੇ ਵਿੱਚ ਕਰ ਇੱਕ ਇੱਕ ਨੂੰ,
ਪਿੱਛੇ ਹੋ ਜਾਵੀ ਕੱਪੜੇ ਦੇ ਵਿੱਚ ਗੁੱਬ ਗੁੱਬ ਡਰ ਡਰ ਪਿੱਛਾ ਹੋ ਜਾ ਪਿੱਛਾ ਹੋ ਜਾ ਧਿਆਨ ਸੇ ਧਿਆਨ ਸੇ ਵੇਖੀ 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 ਧਿਆਨ ਸੇ ਧਿਆਨ ਸੇ ਧਿਆਨ ਸੇ ਪਕੜ ਖੜੇ ਰਹੋ ਖੜੇ ਰਹੋ ਕਪੜਾ ਬਚਾ ਕਪੜਾ ਬਚਾ ਫਿਰ ਸਫੈਦੇ ਵਾਲੇ ਤੁਰਾ ਆਉਂਦਾ ਭਾਈ ਕਪੜਾ ਬਚਾ ਕਪੜਾ ਬਚਾ ਸਫੈਦੇ ਦੀ ਜਾਨ ਛੱਡਦਾ ਹੀ ਭੱਜਾ ਆਉਂਦਾ ਹਾਂ ਜਨਾਬ ਤੇ ਆ ਵੇਖ ਲਈ ਹਾਂ ਜੀ ਹਾਂ ਜੀ ਫੇ ਉੱਥੇ ਹੀ ਆ ਗਿਆ ਜੀ ਪਤਾ ਹੈ ਨਾ ਇਹ ਜਗ੍ਹਾ ਹੀ ਇਹਦੀ ਆ ਵੇਖ ਲੈ ਪਹੁੰਚ ਆਇਆ ਜੀ ਹਾਂ ਜੀ ਪਹੁੰਚਿਆ ਪਹੁੰਚ ਉਹਦੇ ਨਾਲ ਦੇ ਵੀ ਹਿੱਲਣ ਲੱਗ ਪਏ ਆ ਦੇਖ ਲੈ ਬੇਫਿਕਰ ਹੋ ਜਾ ਬੇਫਿਕਰ ਹੋ ਜਾ ਹੁਣ ਆਪਾਂ ਪਿਛਾ ਹੋ ਜਾ ਪਿਛਾ ਹੋ ਯਾਰ ਇਹਨਾਂ ਨੂੰ ਜਲਦੀ ਕਰ ਮੈਂ ਬੁੱਚਾ ਇਹਨਾਂ ਨੂੰ ਹੱਥ ਨਹੀਂ ਲਾਉਣਾ ਇਹ ਬਹੁਤ ਹੀ ਚੀਜ਼ ਅਥਰੀ ਏ ਪਿਛਾ 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 ਹੋ ਜਾ ਪਿਛਾ ਹੋ ਜਾ ਤੂੰ ਬਸ ਲਵੇ ਤੈਨੂੰ ਗੁੱਗਾ ਪੀਰ ਚਵਾ ਤੈਨੂੰ ਅੱਠੀ ਅੱਠੀ ਕੱਪੜੇ ਨੂੰ ਖਿਲਾਰ ਰੱਖ ਕੇ ਇੱਕ ਵਾਰੀ ਗਿਰਾ ਰਾ ਮੈਨੂੰ ਵੀ ਤੂੰ ਬੇਵਕੂਫ ਤੈਨੂੰ ਸਮਝ ਨਹੀਂ ਲੱਗਣੀ ਮੇਰੀ ਪਿੱਛੇ ਹੋ ਜਾਵੀ ਚੋਰੀ ਤੂੰ ਪਿੱਛੇ ਹੋ ਜਾਵੀ ਮੈਂ ਭਰਾਵਾ ਪਿੱਛੇ ਹਾਂ ਜੀ ਕੱਲ ਨੂੰ ਆਖੇ ਜੇ ਬਾਈ ਦੱਸਿਆ ਕੋਈ ਨਹੀਂ ਸੀ ਪਿੱਛੇ ਹੋ ਜਾਵੀ ਅੱਜ ਸਾਰਿਆਂ ਨੂੰ ਪੀਰ ਦੇ ਵਿੱਚ ਕਰ ਲੈਣਾ ਗੁੱਗੇ ਪੀਰ ਦਾ ਨਾਂ ਲੈ ਕੇ ਬਸ ਬਸ ਲਵੇ ਤੈਨੂੰ ਜ਼ਿੰਦਗੀ ਦੇ ਵਿੱਚ ਮੈਂ ਵੀ ਨਹੀਂ ਵੇਖੇ ਸ਼ਰਗਤ ਬਸ ਲਵੇ ਤੈਨੂੰ ਪਿਛਾ ਹੋ ਜਾਵੀ ਪਿਛਾ ਹੋ ਜਾਵੀ ਚੁੱਪ 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 ਕੱਪੜਾ ਬਿਛਾ ਕੱਪੜਾ ਬਿਛਾ ਧਿਆਨ ਕਰਤੇ ਪਾਈਏ ਇਹਨਾਂ ਨੂੰ ਧਿਆਨ ਕਰਤੇ ਪਾਈਏ ਪਿਛਾ ਹੋ ਜਾ ਤੈਨੂੰ ਮੈਂ ਕਦੋਂ ਆਖਦਾ ਪਿਆ ਤੂੰ ਪਿਛਾ ਹੋ ਜਾ ਇੱਕ ਵਾਰੀ ਪਿਛਾ ਹੋ ਜਾ ਡਿੱਗ ਪਿਆ ਥੱਲੇ ਪਿਛਾ ਹੋ ਜਾ ਪਿਛਾ ਹੋ ਜਾ ਚਾਦਰ ਹਿੱਲਦੀ ਮਿਲਾ ਥੱਲੇ ਚੱਲ ਗਿਆ ਕੋਈ ਇਹਨਾਂ ਨੂੰ ਇਵੇਂ ਕਿੱਠਾ ਕਰ ਆਸਤੇ 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 ਧਿਆਨ ਨਾਲ ਧਿਆਨ ਬੈਠ ਕੇ ਮੈਨੂੰ ਇਹ ਲੜਾਊ ਮਾਰ ਕੇ ਨਾ ਤੇਰੇ ਮੈਂ ਆ ਮੋਬਾਈਲ ਵੀ ਡਾਗੇ ਡਿੱਗ ਗਿਆ ਟੂਟ ਲੈ ਜਾ ਇੱਥੇ ਕਾਬੂ ਕਰ ਚਾਦਰ ਹੀ ਏਦਾਂ ਹੀ ਬੰਨ ਕੇ ਲੈ ਜਾਓ ਭਾਈ ਏਦਾਂ 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 ਜਨਾਬ ਏਦਾਂ ਲੈ ਜਾਵਾਂਗੇ ਆਸਤੇ ਆਸਤੇ ਮੈਂ ਤਾਂ ਉਸਤਾਦ ਨਹੀਂ ਪਕੜੂੰਗਾ ਜ਼ਿੰਦਗੀ ਦੇ ਵਿੱਚ ਯਾਰ ਗਿਣ ਕੇ ਦੱਸ ਦੇ ਕਿੰਨੇ ਸੀਗੇ ਜਨਾਬ ਦੱਸਣੇ ਆ ਇੱਕ ਵਾਰੀ ਸਬਰ ਹੋ ਜਾ ਪਿੱਛੇ ਹੋ ਜਾ ਇੱਕ ਇੱਕ ਵੇਖ ਮੂੰਹ ਅੱਡੀ ਪਿਆ ਓਏ ਹੋਏ ਵੇਖ ਅੱਗੇ ਨੂੰ ਹੋ ਕੇ ਇਹਦੇ ਦੰਦ ਕੱਢੀ ਖੜਾ ਲਾਏ ਹੁਣ ਲੜਨ ਦੇ ਤਿਆਰੀਆਂ ਚ ਕਿੰਨੇ ਆ ਦੋ ਤਿੰਨ ਚਾਰ ਪੰਜ ਪੰਜ ਸੀਗੇ ਪੰਜ ਪੰਜ ਬਸ ਭਾਈ ਇਹਨਾਂ ਨੂੰ ਕਾਬੂ ਕਰੋ ਏਦਾਂ ਹੀ ਪੰਡ ਬੰਨ ਕੇ ਲੈ ਜਾ ਏਦਾਂ ਹੀ ਲੈ ਜਾਂਦੇ ਆਖੇਗਾ ਬਾਈ ਕੋਈ ਤੂੰ ਰਾਜੀ ਏ ਮੈਂ ਰਾਜੀ ਆ ਬਾਈ ਠੀਕ ਹੋ ਗਿਆ ਜਨਾਬ ਬੜੇ ਔਖੇ ਪਕੜਿਆ ਜ਼ਿੰਦਗੀ ਵਿੱਚ ਸਭ ਦੇਖੇ ਹਾਂ ਮੈਂ ਹਿਸਾਬ ਲਾਈ ਖੜਾ ਸੀਗਾ ਨਾ ਜਿੱਦਾਂ ਤੁਸੀਂ ਡਰਦੇ ਪਏ ਸੀ ਮੈਨੂੰ ਲੱਗਦਾ ਸੀ ਤੁਸੀਂ ਵੀ ਪਹਿਲੀ ਵਾਰੀ ਦੇਖੇ ਪਹਿਲੀ ਵਾਰੀ ਜਨਾਬ ਸਹੀ ਹੋ ਗਿਆ ਠੀਕ ਹੈ ਜਨਾਬ ਅਸੀਂ ਪਕੜ ਲੈਨੇ ਅੱਛਾ ਤੇ ਰੱਤੜ ਵੀ ਜ਼ਿੰਦਗੀ ਵਿੱਚ ਆ ਹੁਣ ਵੇਖਣ ਮੈਨੂੰ ਲੱਗਦਾ ਕੋ ਬਾਹਰਲੇ ਮੁਲਕ ਵਿੱਚੋਂ ਨਹਿਰ ਵਿੱਚ ਜਾਂ ਦਰਿਆ ਵਿੱਚੋਂ ਲੱਥ ਕੇ ਆਏ ਨੇ ਹਾਂ ਨਹੀਂ ਆ ਨਹਿਰ ਸਾਡੇ ਕੋਲ ਹਾਂ ਬਿਲਕੁਲ ਲਾ ਜਾ ਸ਼ਰਗਾ ਚਲਾ ਆ ਜਾ ਪਹੁੰਚੋ ਫੇ ਘਰ ਆਪਣੇ ਠੀਕ ਹੈ ਜਨਾਬ ਠੀਕ